ओके यस ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਬਹੁਤ ਵਧੀਆ ਹੋਵੋਗੇ ਤੇ ਸੋ ਅੱਜ ਅਸੀਂ ਪਹੁੰਚੇ ਰਾਤ ਹੀ ਪਹੁੰਚ ਕੇ ਸੀ ਕਾਜ਼ਾ ਕੱਲ ਦੁਪਹਿਰੇ ਹੀ ਪਹੁੰਚ ਗਏ ਸੀ ਪਰ ਇੱਥੇ ਥੋੜਾ ਜਿਹਾ ਹੋਇਆ ਖੱਜਲ ਖਰਾਬ ਕਿਉਂਕਿ ਇਸ ਮੌਸਮ ਦੇ ਵਿੱਚ ਇੱਥੇ ਵੀ ਗਰਮੀ ਕਾਫੀ ਪੈਂਦੀ ਹੈ ਕਿਉਂਕਿ ਜਦੋਂ ਪਿਛਲੀ ਵਾਰੀ ਅਸੀਂ ਆਏ ਸੀਗੇ ਨਾ 2 ਮਹੀਨੇ ਪਹਿਲਾਂ ਤੇ ਇੱਥੇ ਅਸੀਂ ਡਬਲ ਡਬਲ ਗਲਵਸ ਪਾ ਕੇ ਜੈਕਟਾਂ ਪਾ ਕੇ ਤੁਰੇ ਫਿਰਦੇ ਸੀ ਪਰ ਪ੍ਰੋਬਲਮ ਇੱਥੇ ਇਹ ਨਹੀਂ ਹੈਗੀ ਜੈਕਟਾਂ ਦੀ ਜਾਂ ਠੰਡ ਦੀ ਪ੍ਰੋਬਲਮ ਇੱਥੇ ਹੈਗੀ ਲੋਕਲ ਜਿਹੜੇ ਟੂਰਿਸਟ ਨਾਲ ਬਿਹੇਵੀਅਰ ਕਰਦੇ ਨੇ ਕਿਉਂਕਿ ਇੱਥੇ ਦੇ ਜਿਹੜੇ ਤਾਂ ਇੱਕ ਤਾਂ ਤੁਸੀਂ ਜਦੋਂ ਕਿਤੇ ਕਾਜ਼ਾ ਆਓਗੇ ਨਾ ਪਹਿਲੀ ਗੱਲ ਤਾਂ ਰਾਤ ਦਾ ਵਗੈਰੀ ਪਲਾਨ ਨਾ ਕਰੋ ਜੇ ਪਲਾਨ ਕਰਨਾ ਹੈ ਨਾ ਤੇ ਇੱਥੇ ਦੇ ਜਿਹੜੇ ਲੋਕਲ ਲੋਕ ਰਹਿੰਦੇ ਨੇ ਸੌਰੀ ਉਹਨਾਂ ਦੇ ਨਾਲ ਰਾਬਤਾ ਕਰੋ ਉਹਨਾਂ ਦੇ ਹੋਮ ਸਟੇ 'ਚ ਰਹੋ ਤਾਂ ਵਧੀਆ ਲੱਗਦਾ ਕਿਉਂਕਿ ਇੱਥੇ ਤੁਹਾਡੇ ਕੋਲ ਮਨ ਮੰਗੀ ਮਤਲਬ ਕੀਮਤ ਤੁਹਾਡੇ ਕੋਲ ਵਸੂਲਦੇ ਨੇ ਇਹ ਪਰ ਇਹ ਮੈਨੂੰ ਕਦੇ ਗੱਲ ਕਿਤੇ ਨਾ ਕਿਤੇ ਗੱਲ ਚੰਗੀ ਨਹੀਂ ਲੱਗੀ ਰਾਤੀ ਇੱਕ ਦੋ ਰੈਸਟੋਰੈਂਟ ਦੇਖੇ ਅਸੀਂ ਕਈਆਂ ਜਗ੍ਹਾ 'ਤੇ ਫੂਡ ਬਹੁਤ ਪਿਆਰਾ ਆ ਕਈਆਂ ਜਗ੍ਹਾ 'ਤੇ ਬਸ ਫੂਡ ਦੇ ਨਾਂ 'ਤੇ ਨਾ ਬਸ ਉਹ ਕੀ ਕਹਿੰਦੇ ਉਹਨਾਂ ਨੂੰ ਸਮਝ ਲਓ ਤੁਸੀਂ ਹੁਣ ਆਪ ਹੀ ਹੁਣ ਮੈਂ ਪੰਜਾਬੀ ਬੰਦਾ ਗਾਲ ਕੱਢੂ ਚੰਗੀ ਨਹੀਂ ਲੱਗਦਾ ਇਹਦਾ ਤਾਂ ਲੋਕਾਂ ਤੋਂ ਬਚ ਕੇ ਰਹੋ ਉੱਥੇ ਬੋਲਣੀ ਅਸੀਂ ਹਿੰਦੀ ਆ ਠੀਕ ਆ ਬੋਲਣੀ ਅਸੀਂ ਮਾਤਰ ਭਾਸ਼ਾ ਅਤੇ ਪੰਜਾਬੀ ਇੰਡੀਅਨ ਫੂਡ ਅਸੀਂ ਰੱਖਣਾ ਨਹੀਂ ਹੈ ਨਾ ਉਹ ਸਵਾਦ ਨਹੀਂ ਆਉਂਦਾ ਚੀਜ਼ਾਂ ਦਾ ਇਸ ਕਰਕੇ ਤੁਸੀਂ ਹਮੇਸ਼ਾ ਜਦੋਂ ਵੀ ਕਾਜ਼ਾ ਆਉਣਾ ਕਾਜ਼ਾ ਆ ਕੇ ਨਿਕਲ ਜਾਓ ਅੱਗੇ ਜਾ ਕੇ ਹੋਰ ਬਹੁਤ ਹੋਮ ਸਟੇ ਨੇ ਮਤਲਬ 10 ਕਿਲੋਮੀਟਰ ਤੇ ਜਿਹੜੇ ਹੋਰ ਪਿੰਡ ਨੇ ਆਉਂਦੇ ਨੇ ਹੈ ਨਾ ਉਸ ਪਿੰਡਾਂ ਵਾਲੇ ਪਾਸੇ ਨੂੰ ਕੂਚ ਕਰੋ ਅਸੀਂ ਇੱਥੇ ਗਲਤੀ ਕਰ ਲਈ ਆ ਕੇ ਬਟ ਜਿਹੜੀ ਆ ਲੋਕੇਸ਼ਨ ਤੇ ਅਸੀਂ ਖੜੇ ਆ ਇਹ ਲੋਕੇਸ਼ਨ ਇੱਕ ਬਹੁਤ ਪਿਆਰੇ ਇੱਕ ਫੈਮਿਲੀ ਹੈ ਇੱਥੇ ਇਹਨਾਂ ਦੀ ਜੋੜੀ ਉਹਨਾਂ ਦੀ ਆਏ ਅਤੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਲੋਕੇਸ਼ਨ ਦੇ ਵਿੱਚ ਪਰ ਇੱਥੇ ਜਿਹੜੇ ਬਾਕੀ ਹੋਟਲਾਂ ਵਾਲਿਆਂ ਦੇ ਚਾਂਸਿਸ ਨਾ ਆਇਓ ਅਤੇ ਕਦੇ ਵੀ ਔਨਲਾਈਨ ਬੁਕਿੰਗ ਕਰਕੇ ਇੱਥੇ ਨਾ ਪਹੁੰਚੋ ਸੋ ਥੈਂਕ ਯੂ ਸੋ ਮਚ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ